ਕਹਾਣੀ 45 ਸਟੀਫਨਸ ਅਰ ਫਿਲੀਪਸ ਪਹਿਲੋ ਮਸੀਹ ਅਗਵਾਂ ਗੈ ਬੀਚ ਸਟੀਫਨਸ ਨਾਮ ਗੋ ਇੱਕ ਆਦਮੀ ਹੋ ਸਾਰਾ ਲੋਕ ਬਿੰਗੋ ਆਦਰ ਕਰਤਾ ਹਾ ਪਵਿੱਤਰ ਆਤਮਾ ਬਿਨੈ ਬਹੁਤ ਸਾਮਰਥ ਅਰ ਬੁੱਧੀ ਪ੍ਰਦਾਨ ਕਰੀ ਹੀ ਸਟੀਫਨਸ ਬਹੁਤ ਸਾ ਚਮਤਕਾਰ ਕਰਿਆ ਹਾ ਜਦ ਬਣੇ ਯਿਸੂ ਪਰ ਭਰੋਸੋ ਕਰਨ ਗੈ ਬਾਰੇ ਮੈਂ ਬਾਨੈ ਸ਼ਿਕਸ਼ਾ ਦੇਈ ਤੋ ਬਹੁਤ ਸਾ ਲੋਕਾਂ ਬਿੰਗਾ ਉੱਪਰ ਵਿਸ਼ਵਾਸ ਕਰਿਓ ਇੱਕ ਦਿਨ ਸਟੀਫਨਸ ਯਿਸੂ ਗੈ ਬਾਰੇ ਮੈਂ ਸ਼ਿਕਸ਼ਾ ਦੇ ਆਵਾ ਹੋ ਅਰ ਕੁਛ ਈਸਾ ਯਹੂਦੀ ਆਇਆ ਜਿਕਾ ਯਿਸੂ ਪਰ ਵਿਸ਼ਵਾਸ ਕੋਨੀ ਕਰਿਓ ਅਰ ਬਿੰਗਾ ਸਾਗਿਆ ਵਾਦ ਵਿਵਾਦ ਕਰਨੋ ਸ਼ੁਰੂ ਕਰ ਦਿਓ ਬੇ ਬਹੁਤ ਕ੍ਰੋਧਿਤ ਹੋ ਗਿਆ ਈ ਖਾਤਿਰ ਬੇ ਧਾਰਮਿਕ ਅਗਵਾਂ ਕੰਨੇ ਗਿਆ ਅਰ ਬਿੰਗਾ ਬਾਰੇ ਮੈਂ ਝੂਠ ਬੋਲਿਓ ਬਾਂ ਕਿਹੋ ਮੈਂ ਸਟੀਫਨਸ ਨੇ ਮੂਸਾ ਅਰ ਪਰਮੇਸ਼ਵਰ ਗੈ ਬਾਰੇ ਮੈਂ ਬੁਰੀ ਬਾਤਾਂ ਬੋਲਤਾ ਸੁਣਿਓ ਹੈ ਈ ਖਾਤਿਰ ਧਾਰਮਿਕ ਅਗਵਾਂ ਸਟੀਫਨਸ ਨੇ ਗ੍ਰਿਫਤਾਰ ਕਰ ਲਿਓ ਅਰ ਬਿਨਾਂ ਮਹਾਯਾਜਕ ਯਹੂਦੀਆਂ ਗਏ ਅੰਨੇ ਅਗਵਾਂ ਗੈ ਸਾਹਮਣੇ ਲੈ ਗਏ ਆਇਆ ਔਰ ਵੀ ਝੂਠਾ ਗਵਾਹ ਆਇਆ ਅਰਬਾਂ ਸਟੀਫਨਸ ਗੈ ਬਾਰੇ ਮੈਂ ਝੂਠ ਬੋਲਿਓ ਮਹਾਯਾਜਕ ਸਟੀਫਨਸ ਨੇ ਪੁੱਛੋ ਕਿ ਇਹ ਲੋਕ ਤੇਰੇ ਬਾਰੇ ਮੈਂ ਸੱਚ ਕੇ ਆਵੇ ਹੈ ਸਟੀਫਨਸ ਮਹਾਯਾਜਕ ਨੇ ਜਵਾਬ ਦੇਣ ਖਾਤਿਰ ਬਹੁਤ ਸੀ ਬਾਤਾਂ ਬੋਲਣੀ ਸ਼ੁਰੂ ਕਰ ਦੀ ਬਣੇ ਕਿਉ ਅਬਰਾਮ ਗੈ ਸਮੇ ਮੂੰਹ ਯਿਸੂ ਗੈ ਸਮੇ ਤੱਕ ਪਰਮੇਸ਼ੁਰ ਇਜ਼ਰਾਇਲ ਗੈ ਲੋਕਾਂ ਖਾਤਿਰ ਬਹੁਤ ਸਾ ਅਨੋਖਾ ਕੰਮ ਕਰਿਆ ਹੈ ਪਰ ਲੋਕਾਂ ਹਮੇਸ਼ਾ ਪਰਮੇਸ਼ੁਰ ਗੀ ਅਨਾਗਿਆਕਾਰੀ ਤੱਕ ਕਰੀ ਸਟੀਫਨਸ ਕਿਉ ਥੇ ਸਾਰਾ ਲੋਕ ਪਰਮੇਸ਼ੁਰ ਗੈ ਵਿਰੁੱਧ ਹਠੀਲਾ ਅਰ ਬਲਵਾ ਕਰਨ ਵਾਲਾ ਹੋ ਥੇ ਹਮੇਸ਼ਾ ਪਵਿੱਤਰ ਆਤਮਾ ਨੇ ਐ ਸਵੀਕਾਰ ਕਰਿਓ ਹੈ ਜੀਆਂ ਮਾਰਾ ਪੂਰਵਜਾਂ ਹਮੇਸ਼ਾ ਪਵਿੱਤਰ ਆਤਮਾ ਨੇ ਐ ਸਵੀਕਾਰ ਕਰਿਓ ਹੋ ਅਰ ਹਮੇਸ਼ਾ ਬਿੰਗ ਭਵਿਸ਼ਵਕਤਾ ਨਾ ਮਾਰ ਦਿਓ ਹੋ ਪਰ ਜਿਕੋ ਬਾਂ ਕਰਿਓ ਹੋ ਬਿੰਗੀ ਤੁਲਨਾ ਮੈਂ ਥੇ ਔਰ ਵੀ ਬੁਰੋ ਕਰਿਓ ਹੈ ਥੇ ਮਸੀਹ ਨੇ ਮਾਰ ਦਿਓ ਜਦ ਬਾਂ ਧਾਰਮਿਕ ਅਗਵਾਂ ਉਹ ਸੁਣਿਓ ਤੋ ਬੇ ਇਤਾ ਕ੍ਰੋਧਿਤ ਹੋ ਗਿਆ ਕਿ ਬਾਂ ਆਪਣੇ ਕੰਨਾਂ ਨੇ ਬੰਦ ਕਰ ਲਿਓ ਔਰ ਉੱਚੀ ਆਵਾਜ਼ ਮੈਂ ਚਿਲਾਇਆ ਬੇ ਸਟੀਫਨਸ ਨੇ ਘਸੀਟ ਕੇ ਗਾਂ ਮੂੰਹ ਬਾਰੇ ਲੈ ਗਿਆ ਔਰ ਬਿਨਾਂ ਮਾਰਨ ਖਾਤਿਰ ਪੱਥਰ ਮਾਰਿਆ ਜਦ ਸਟੀਫਨਸ ਮਰਿਆ ਵਾ ਹੋ ਬੋ ਪੁਕਾਰ ਉੱਠਿਓ ਹੇ ਯਿਸੂ ਮੇਰੀ ਆਤਮਾ ਗ੍ਰਹਿਣ ਕਰ ਫਿਰ ਬੋ ਆਪਣੇ ਘੁਟਣਾ ਪਰ ਗਿਰ ਪੜਿਓ ਔਰ ਪੁਕਾਰ ਉੱਠਿਓ ਹੇ ਪ੍ਰਭੂ ਉਹ ਪਾਪ ਬਾਂਗ ਉੱਪਰ ਨਾ ਲਗਾਈ ਫਿਰ ਬੋ ਮਰ ਗਿਓ ਵੀਹ ਦਿਨ ਯਰੂਸ਼ਲੇਮ ਮੈਂ ਰਹਿਣ ਵਾਲਾ ਬਹੁਤ ਸਾ ਲੋਕਾਂ ਯਿਸੂ ਗਏ ਅਨੁਆਈਆਂ ਨੇ ਸਤਾਉਣਾ ਸ਼ੁਰੂ ਕਰ ਦਿਓ ਈ ਖਾਤਿਰ ਵਿਸ਼ਵਾਸੀ ਲੋਕ ਅੰਨੇ ਸਥਾਨਾਂ ਮੈਂ ਭਾਗ ਗਿਆ ਪਰ ਇੰਗੇ ਬਾਵਜੂਦ ਵੀ ਜਠੇ ਹੀ ਬੇ ਗਿਆ ਬਾਂ ਯਿਸੂ ਗੈ ਬਾਰੇ ਮੈਂ ਪ੍ਰਚਾਰ ਕਰਿਓ ਫਿਲੀਪਸ ਨਾਮ ਗੋ ਆਦਮੀ ਯਿਸੂ ਗੋ ਇੱਕ ਵਿਸ਼ਵਾਸੀ ਹੋ ਜੀਆਂ ਅੰਨੇ ਬਹੁਤ ਸਾ ਵਿਸ਼ਵਾਸੀਆਂ ਕਰਿਓ ਹੋ ਬੋ ਵੀ ਯਰੂਸ਼ਲੇਮ ਭਾਗ ਗਿਓ ਬੋ ਸਾਮਰੀਆ ਗੈ ਖੇਤਰ ਮੈਂ ਚਲਿਓ ਗਿਓ ਬਠੇ ਬਣੇ ਲੋਕਾਂ ਮੈਂ ਯਿਸੂ ਗੈ ਬਾਰੇ ਮੈਂ ਪ੍ਰਚਾਰ ਕਰਿਓ ਬਹੁਤ ਸਾ ਲੋਕਾਂ ਬਿੰਗਿਆ ਉੱਪਰ ਵਿਸ਼ਵਾਸ ਕਰਿਓ ਅਰ ਉਧਾਰ ਪਾਇਓ ਇੱਕ ਦਿਨ ਫਿਲੀਪਸ ਕੰਨੇ ਪਰਮੇਸ਼ੁਰ ਕਾਨੀਓ ਇੱਕ ਸਵਰਗਦੂਤ ਆਇਓ ਅਰ ਬਿਨੈ ਜੰਗਲ ਮੈਂ ਜਾਣ ਖਾਤਿਰ ਅਰ ਇੱਕ ਸੜਕ ਪਰ ਚੱਲਣ ਖਾਤਿਰ ਕਿਉ ਫਿਲੀਪਸ ਬਠੇ ਚਲਿਓ ਗਿਓ ਜਦ ਬੋ ਵੀ ਸੜਕ ਪਰ ਚਾਲੇ ਆਵਾ ਹੋ ਤੋ ਬਣੇ ਇੱਕ ਆਦਮੀ ਨੇ ਰਥ ਮੈਂ ਜਾਣਤਾ ਦੇਖਿਓ ਉਹ ਆਦਮੀ ਕੁਸ਼ ਦੇਸ਼ ਗੋ ਇੱਕ ਮਹੱਤਵਪੂਰਨ ਅਧਿਕਾਰੀ ਹੋ ਪਵਿੱਤਰ ਆਤਮਾ ਫਿਲੀਪਸ ਨੇ ਕਿਹਾ ਕਿ ਜਾ ਕੇ ਵੀ ਆਦਮੀ ਗੈ ਸਾਗੇ ਚਾਲ ਈ ਖਾਤਰ ਫਿਲੀਪਸ ਰਥ ਗੈ ਕੰਨੇ ਗਿਓ ਬਣੇ ਸੁਣਿਓ ਕਿ ਬੋ ਖੁਸ਼ੀ ਪਰਮੇਸ਼ੁਰ ਗੋ ਵਚਨ ਪੱਡੇ ਆਵਾ ਹੋ ਜਿਕੋ ਇਸ਼ਾਇਆ ਭਵਿਸ਼ਵਕਤਾ ਲਿਖਿਓ ਹੋ ਬਿਨੈ ਪੱਡੇ ਆਵਾ ਹੋ ਬੋ ਪੱਡੇ ਆਵਾ ਹੋ ਬੇ ਬਿਨੈ ਵੱਧ ਕਰਨ ਵਾਲੀ ਭੇਡ ਗੈ ਸਮਾਨ ਲੈ ਗਿਆ ਅਰ ਜੀਆਂ ਇੱਕ ਮੇਮਣੋ ਸ਼ਾਂਤ ਹੋਵਾ ਹੈ ਬਣੇ ਵੀ ਇੱਕ ਸ਼ਬਦ ਕੋਨੀ ਕਿਹੋ ਬਾਂ ਬਿੰਗੈ ਸਾਗੈ ਅਨੁਚਿਤ ਵਿਵਹਾਰ ਕਰਿਓ ਅਰ ਬਿੰਗੋ ਆਦਰ ਕੋਨੀ ਕਰਿਓ ਬਾਂ ਬਿੰਗੋ ਪ੍ਰਾਣ ਲੈ ਲਿਓ ਫਿਲੀਪਸ ਵੀ ਖੁਸ਼ੀ ਨੇ ਪੁੱਛੋ ਜਿਕੋ ਤੂੰ ਪੱਡੇ ਆਵਾ ਹੈ ਕਿ ਤੂੰ ਬਿਨੈ ਸਮਝੇ ਵੀ ਹੈ ਵੀ ਖੁਸ਼ੀ ਜਵਾਬ ਦਿਓ ਨਹੀਂ ਜਦ ਤਾਈਂ ਕੋਈ ਮੰਨੇ ਨਾ ਸਮਝਾਵੇ ਜਦ ਤਾਈਂ ਮੈਂ ਇਹਨੇ ਕੋਨੀ ਸਮਝ ਸਕੂੰ ਕਿਰਪਾ ਕਰਕੇ ਮੇਰੇ ਕੰਨੇ ਆਗੇ ਬੈਠ ਯਸ਼ਾਇਆ ਉਹ ਆਪਣੇ ਬਾਰੇ ਮੈਂ ਲਿਖਿਆ ਵਾ ਹੋ ਜਾਂ ਕੀ ਔਰ ਗੈ ਫਿਲੀਪਸ ਰਥ ਪਰ ਚੜ੍ਹ ਕੇ ਬੈਠ ਗਿਓ ਫਿਰ ਬਣੇ ਵੀ ਖੁਸ਼ੀ ਆਦਮੀ ਨੇ ਬਤਾਇਓ ਜਿਕੋ ਯਸ਼ਾਇਆ ਯਿਸੂ ਗੈ ਬਾਰੇ ਮੈਂ ਲਿਖਿਓ ਹੋ ਫਿਲੀਪਸ ਪਰਮੇਸ਼ੁਰ ਗੈ ਵਚਨ ਮੂੰਹ ਬਹੁਤ ਸਾ ਅੰਨੇ ਭਾਗਾਂ ਕੀ ਵੀ ਚਰਚਾ ਕਰੀ ਇਹ ਤਰੀਆਂ ਬਣੇ ਵੀ ਆਦਮੀ ਨੇ ਯਿਸੂ ਗੈ ਬਾਰੇ ਮੈਂ ਸ਼ੁਭ ਸੰਦੇਸ਼ ਸੁਣਾਇਓ ਫਿਲੀਪਸ ਅਰ ਬੋ ਖੁਸ਼ੀ ਚਾਲਤਾ ਪਾਣੀ ਗੈ ਕੰਨੇ ਆਇਆ ਵੀ ਖੁਸ਼ੀ ਕਿਹੋ ਦੇਖ ਹਠੇ ਪਾਣੀ ਹੈ ਕਿ ਮੈਂ ਬਪਤਿਸਮੋ ਲੈ ਸਕੂੰ ਹੂੰ ਅਰ
बने सारथी ने रथ रोकण खातिर कहो। अत बे पानी मैं चलिया गया और फिलिपुस भी खुशी ने बपतिस्मो दियो। जद बे पानी वो बारे आया तो पवित्र आत्मा अचानक ही फिलिपुस ने उठा गए कि अन्य स्थान पर ले गया। बठे फिलिपुस लोगों ने यीशु के बारे में बताना जारी रखियो। वो खुशी अपने घर की यात्रा पर आगे बढ़ गयो। वो खुश हो के वो अब यीशु ने जाना है।